ਚਾਰ ਸਵਾਰੀਆਂ ਹੋ, ਠੀਕ ਹੈ ਜੀ, ਅੱਗੇ ਤੁਸੀਂ ਫੋਨ ਵੀ ਕਰਵਾ ਰਹੇ ਹੋ ਕਿਸੇ ਦਾ? ਮੈਂ ਥੋੜੀ ਫੋਨ ਕਰਾ ਰਿਹਾ ਤੇ ਉਹ ਆਰਸੀ ਜੱਜ ਸਾਹਿਬ ਕੋਲ ਹੁੰਦੀ ਆ ਤੇ ਉਹਦੇ ਬਾਰੇ ਸਲਿੱਪ ਦਿੰਦੇ ਆ, ਉਹ ਬਾਈ ਦਾ ਫੋਨ 'ਚ ਹੈਗੀ ਆ। ਮੈਂ ਕਿਹਾ ਦਿਖਾ ਦਿੰਦਾ ਤੇ ਕੋਈ ਮੇਰਾ ਪੇਪਰ ਵੀ ਨਹੀਂ ਵੇਖਿਆ ਤੇ ਚਲਾਨ ਕੱਟਿਆ ਸਰ। ਆਮ ਗੱਡੀਆਂ ਦੇ ਵਿੱਚ ਕਾਲੇ ਸ਼ੀਸ਼ੇ ਹੁੰਦੇ ਨੇ, ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਜੇ ਕਾਲੇ ਸ਼ੀਸ਼ੇ ਵਾਲੀ ਗੱਡੀ ਹੈ, ਮੈਂ ਉਹਦੇ ਕਾਲੇ ਸ਼ੀਸ਼ੇ ਬਣਵਾਵਾਂਗਾ ਜੀ, ਉਹਦਾ ਮੈਂ ਚਲਾਨ ਵੀ ਕਰੂੰਗਾ ਜੀ। ਮੈਂ ਹਾਂ ਗੌਰਵ ਕੁਮਾਰ, ਤੁਸੀਂ ਦੇਖ ਰਹੇ ਹੋ ਲਾਈਵ 'ਤੇ ਚੈਨਲ। ਜਿਸ ਤਰ੍ਹਾਂ ਕਿ ਅੱਜ ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਵੱਲੋਂ ਇੱਕ ਨਾਕਾ ਲਗਾਇਆ ਗਿਆ ਹੈ ਔਰ ਨਾਕੇ 'ਤੇ ਜਿਸ ਤਰ੍ਹਾਂ ਕਿ ਪੁਲਿਸ ਵਾਲਿਆਂ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਕਿ ਚਲਾਨਾਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਅਸੀਂ ਤੁਹਾਨੂੰ ਇੱਥੋਂ ਦੀਆਂ ਅੰਮ੍ਰਿਤਸਰ ਥਾਣਾ ਡੀ ਡਿਵੀਜ਼ਨ ਦੇ ਬਾਹਰ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਿਖਾ ਰਹੇ ਹਾਂ ਕਿ ਫੋਨ 'ਤੇ ਗੱਲ ਵੀ ਕਰਵਾਈ ਜਾ ਰਹੀ ਹੈ। ਅੱਗਿਓਂ ਦੇਖਦੇ ਹਾਂ ਮਾਮਲਾ ਕਿਸ ਤਰ੍ਹਾਂ ਦਾ ਹੈ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਅੰਮ੍ਰਿਤਸਰ ਥਾਣਾ ਡੀ ਡਿਵੀਜ਼ਨ ਦੀਆਂ। ਹਾਂਜੀ, ਲਾਇਸੈਂਸ ਕਿਸ ਤਰ੍ਹਾਂ ਜੀ? ਲਾਇਸੈਂਸ ਠੀਕ ਹੈ ਜੀ, ਇਹਨਾਂ ਨੇ ਆਨਲਾਈਨ ਦਿਖਾਇਆ ਮੈਨੂੰ। ਜਿਸ ਤਰ੍ਹਾਂ ਇਹਨਾਂ ਵੱਲੋਂ ਹੈਲਮਟ ਨਹੀਂ ਪਾਇਆ ਗਿਆ ਜੀ? ਹਾਂ, ਹੈਲਮਟ ਸਵਾਰੀਆਂ ਦੇਖੇ, ਚਾਰ ਸਵਾਰੀਆਂ ਜੀ। ਹਾਂਜੀ, ਹੈਲਮਟ ਨਹੀਂ ਪਾਇਆ ਗਿਆ। ਘਰ ਚੱਲੇ ਨਾ, ਉੱਧਰ ਜ਼ਰੂਰੀ ਘਰ ਚੱਲੇ ਸੀ ਨਾ ਆਪਾਂ, ਤਾਂ ਕਰਕੇ ਮੈਂ ਹੁਣੇ ਕੰਮ ਤੋਂ ਆਇਆ ਨਾ, ਘਰ ਚੱਲੇ। ਜਿਸ ਤਰ੍ਹਾਂ ਤੁਸੀਂ ਚਾਰ ਸਵਾਰੀਆਂ ਹੋ, ਠੀਕ ਹੈ ਜੀ, ਅੱਗੇ ਤੁਸੀਂ ਫੋਨ ਵੀ ਕਰਵਾ ਰਹੇ ਹੋ ਕਿਸੇ ਦਾ? ਮੈਂ ਥੋੜ੍ਹੀ ਫੋਨ ਕਰਾ ਰਿਹਾ, ਮੈਂ ਕਿਹੜਾ ਫੋਨ ਕਰਾਇਆ? ਤੁਸੀਂ ਚਾਰ ਸਵਾਰੀਆਂ ਨਹੀਂ ਬੈਠੀਆਂ? ਤੁਸੀਂ ਤਿੰਨ ਜਣੇ ਆਪਾਂ, ਚੌਥਾ ਦੇ ਛੋਟਾ ਹੀ ਹੈਗਾ, ਉਹ ਕਿ ਸਵਾਰੀ ਥੋੜੀ ਬੱਚਾ, ਉਹ ਤੇ ਉਹੀ ਇੱਕ ਉਹ ਬੱਚਾ ਦੇ ਬੱਸ 'ਚ ਨਹੀਂ ਟਿਕਟ ਕੱਟੀ ਜਾਂਦੀ ਬੱਚੇ ਦੀ, ਤਿੰਨ ਸਵਾਰੀਆਂ ਜਾਇਜ਼ ਹੈ? ਉਹ ਤੇ ਮੈਨੂੰ ਪਤਾ ਨਹੀਂ। ਨਹੀਂ ਮੈਮ, ਤੁਸੀਂ ਦੱਸੋ, ਤੁਹਾਡਾ ਬੇਟਾ ਕਹਿ ਰਿਹਾ ਤਿੰਨ ਸਵਾਰੀਆਂ ਜਾਇਜ਼ ਹੈ, ਦੱਸੋ। ਨਹੀਂ ਸਰ, ਨਹੀਂ। ਤੇ ਤੁਸੀਂ ਤਿੰਨ ਸਵਾਰੀਆਂ ਲੈ ਕੇ ਅੱਗੇ ਤੁਸੀਂ ਫੋਨ 'ਤੇ ਪੁਲਿਸ ਮੁਲਾਜ਼ਮ ਦੇ ਨਾਲ ਗੱਲ ਤੁਹਾਡੇ ਵੱਲੋਂ ਕਰਵਾਈ ਜਾ ਰਹੀ ਹੈ? ਹਾਂਜੀ ਸਰ। ਅਸੀਂ ਤੁਹਾਨੂੰ ਜਿਸ ਤਰ੍ਹਾਂ ਕਿ ਥਾਣਾ ਇੱਥੇ ਡੀ ਡਿਵੀਜ਼ਨ ਦੀਆਂ ਜਿਸ ਤਰ੍ਹਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਅੱਗਿਓਂ ਪਹਿਲਾਂ ਬਾਈਕ 'ਤੇ ਤਿੰਨ ਸਵਾਰੀਆਂ ਔਰ ਅੱਗਿਓਂ ਜਿਸ ਤਰ੍ਹਾਂ ਕਿ ਪੁਲਿਸ ਮੁਲਾਜ਼ਮ ਨੂੰ ਇੱਕ ਪਤਾ ਨਹੀਂ ਕਿਸੇ ਅਧਿਕਾਰੀ ਦੇ ਨਾਲ ਗੱਲ ਵੀ ਕਰਵਾਈ ਜਾਂਦੀ ਹੈ ਔਰ ਬਿਨਾਂ ਹੈਲਮਟ ਤੋਂ ਗੱਡੀ ਚਲਾਈ ਜਾਂਦੀ ਹੈ। ਹੁਣ ਦੇਖਦੇ ਹਾਂ ਪੁਲਿਸ ਮੁਲਾਜ਼ਮ ਵੱਲੋਂ ਇਹਨਾਂ ਦਾ ਚਲਾਨ ਕੱਟਿਆ ਜਾਂਦਾ ਹੈ ਕਿ ਨਹੀਂ ਕੱਟਿਆ ਜਾਂਦਾ। ਅਸੀਂ ਤੁਹਾਨੂੰ ਇੱਥੋਂ ਦੀਆਂ ਲਾਈਵ ਤਸਵੀਰਾਂ ਦਿਖਾਵਾਂਗੇ ਥਾਣਾ ਡੀ ਡਿਵੀਜ਼ਨ ਦੀਆਂ। ਆਰਸੀ ਵੀ ਦਿਖਾ ਦਿੱਤੀ ਆ, ਹੈਲਮਟ ਦਾ ਇਹਨਾਂ ਦਾ ਮੈਂ ਚਲਾਨ ਕਟਾਉਣ ਲੱਗਾ, ਠੀਕ ਹੈ ਜੀ। ਆਓ ਅਸੀਂ ਇੱਥੋਂ ਦੀ ਗੱਲਬਾਤ ਕਰਦੇ ਹਾਂ ਇੱਕ ਵੀਰ ਨੂੰ, ਜਿਸ ਤਰ੍ਹਾਂ ਕਿ ਪ੍ਰੋਬਲਮ ਆ ਰਹੀ ਹੈ ਚਲਾਨ ਨੂੰ ਲੈ ਕੇ, ਗੱਲਬਾਤ ਕਰਦੇ ਹਾਂ। ਵੀਰ, ਕੀ ਨਾਮ ਕੀ ਆਪਣਾ ਪਹਿਲਾਂ? ਸਰ, ਮੇਰਾ ਨਾਮ ਅਭਿਸ਼ੇਕ। ਕੀ ਗੱਲਬਾਤ ਹੈ ਜਿਹੜਾ ਕਿ ਤੁਸੀਂ ਚਲਾਨ ਲੈ ਕੇ ਹੱਥ ਦੇ ਵਿੱਚ ਫੜਿਆ ਤੇ? ਸਰ, ਇਹਨਾਂ ਨੇ ਆਰਸੀ ਮੰਗੀ ਸੀ ਤੇ ਮੇਰੇ ਕੋਲ ਆਰਸੀ ਨਹੀਂ ਹੈਗੀ ਤੇ ਉਹ ਗੱਡੀ ਮੇਰੀ ਪਰਚੇ 'ਚ ਹੈਗੀ ਆ ਤੇ ਉਹ ਆਰਸੀ ਜੱਜ ਸਾਹਿਬ ਕੋਲ ਹੁੰਦੀ ਆ ਤੇ ਉਹਦੇ ਬਾਰੇ ਸਲਿੱਪ ਦਿੰਦੇ ਆ, ਉਹ ਬਾਈ ਦਾ ਫੋਨ 'ਚ ਹੈਗੀ ਆ। ਮੈਂ ਕਿਹਾ ਦਿਖਾ ਦਿੰਦਾ ਤੇ ਕੋਈ ਮੇਰਾ ਪੇਪਰ ਵੀ ਨਹੀਂ ਵੇਖਿਆ ਤੇ ਚਲਾਨ ਕੱਟਿਆ ਸਰ ਬਸ। ਤੁਸੀਂ ਆਰਸੀ ਜਿਹੜੀ ਤੁਸੀਂ ਕਾਪੀ ਕਹਿ ਰਹੇ, ਤੁਸੀਂ ਆਪਣੇ ਕੋਲ ਪਹਿਲਾਂ ਕਿਉਂ ਨਹੀਂ ਰੱਖੀ ਤੁਸੀਂ ਉਹ? ਸਰ, ਉਹ ਇੱਕ ਜੱਜ ਸਾਹਿਬ ਵੱਲੋਂ ਫੋਟੋ ਸਟੇਟ ਮਿਲਦੀ ਆ, ਉਹਨੂੰ ਆਪਾਂ ਮਤਲਬ ਕਿ ਉਹ ਲੈਮੀਨੇਸ਼ਨ ਵਗੈਰਾ ਕਰਵਾ ਕੇ ਅਤੇ ਉਹਦੀ ਫੋਟੋ ਸਟੇਟ ਦੋ ਤਿੰਨ ਰੱਖਦੇ ਹੁੰਦੇ ਹਾਂ ਆਪਾਂ। ਮੇਰੀ ਗੱਡੀ ਦੇ ਛੁੱਟੇ ਵੀ ਬਹੁਤਾ ਟਾਈਮ ਨਹੀਂ ਹੋਇਆ ਸਰ, ਵੱਧ ਤੋਂ ਵੱਧ ਥੋੜ੍ਹੀ ਦੇਰ ਹੀ ਹੋਏ, 15 ਦਿਨ ਵੀ ਨਹੀਂ ਹੋਏ ਹੋਣੇ। ਅਤੇ ਆ ਘੀਮਾ ਵਾਲੇ ਸਰ ਥਾਣੇ ਤੋਂ ਮੈਂ ਗੱਡੀ ਛਡਵਾਈ ਆ, ਮੇਰੇ ਪਾਪਾ ਨੇ ਛਡਵਾਈ ਆ, ਦੂਜੀ ਸਰ ਲੈ ਨਹੀਂ ਸਕਦੇ। ਚਲੋ, ਆਪਾਂ ਹਰ ਕੋਈ ਦਾ ਹੱਥ ਆਪਣੇ ਹਿਸਾਬ ਨਾਲ ਹੁੰਦਾ। ਬਸ ਮੇਰੀ ਇਹ ਗੱਡੀ ਸਰ ਇਹਨਾਂ ਨੇ ਰੱਖ ਲਈ, ਮੈਂ ਤੁਹਾਨੂੰ ਸੜਕਾਂ 'ਤੇ ਆ ਗਿਆ। ਚਲਾਨ ਕਿੰਨਾ ਵੱਲੋਂ ਕੱਟਿਆ ਗਿਆ ਤੁਹਾਡਾ? ਸਰ, ਇਹਨਾਂ ਨੇ ਸਰ ਨੇ ਰੋਕਿਆ ਸੀ ਅਤੇ ਉਹ ਉੱਧਰਲੇ ਸਰ ਨੇ ਕੱਟਿਆ ਸਰ। ਬਸ ਸਰ, ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਇਹਨਾਂ ਦਾ ਚਲਾਨ ਕੱਟਿਆ ਗਿਆ? ਜਿਹੜੀ ਗੱਡੀ ਤੁਹਾਡੀ ਬੰਦ ਆ ਉਹਦੀ ਮੈਨੂੰ ਸਲਿੱਪ ਦਿਖਾਈ ਜਾਵੇ। ਇਹਨਾਂ ਕਹਿ ਮੈਂ ਮੰਗਵਾ ਦਿੰਦਾ, ਮੈਂ 10 ਮਿੰਟ 'ਚ ਮੰਗਵਾ ਲਾ, ਮੁੜ ਕੇ ਦਿਖਾ ਨਹੀਂ ਰਿਹਾ ਕਿਤੇ ਮੰਗਵਾ ਕੇ ਦਿੰਦਾ। ਹੁਣ ਤਾਂ 15 ਮਿੰਟ ਤੋਂ ਚੱਲੇ ਹੋਣੇ ਆ। ਕੋਈ ਨਹੀਂ ਸਰ, ਮੈਂ ਮੰਗਵਾ ਲੈਂਦਾ, ਹਾਲੇ ਵੀ ਤੁਹਾਨੂੰ ਦਿਖਾ ਕੇ ਜਾਵਾਂਗਾ, ਭਾਵੇਂ ਦੀ ਚਲਾਨ ਕੱਟਦਾ ਨਾ ਸਰ, ਮੈਂ ਤਾਂ ਵੀ ਦਿਖਾ ਕੇ ਜਾਵਾਂਗਾ। ਜ਼ਰੂਰ ਸਰ।
ਜਿਸ ਤਰ੍ਹਾਂ ਕਿ ਪੁਲਿਸ ਮੁਲਾਜ਼ਮ ਵੱਲੋਂ ਕੀਤਾ ਗਿਆ ਕਿ ਜੇ ਤੁਸੀਂ ਆਰ ਸੀ ਦੀ ਜੋ ਵੀ ਕਾਪੀ ਸਲਿੱਪ ਮੰਗਵਾ ਲੈਂਦੇ ਜੇ ਤੇ ਗੱਡੀ ਨੂੰ ਰਿਲੀਜ਼ ਕੀਤਾ ਜਾਏਗਾ। ਜਿਸ ਤਰ੍ਹਾਂ ਕਿ ਅੱਜ ਥਾਣਾ ਡੀ ਡਿਵੀਜ਼ਨ ਵੱਲੋਂ ਇੱਕ ਨਾਕਾ ਲਗਾਇਆ ਗਿਆ ਔਰ ਨਾਕੇ 'ਤੇ ਖੜ੍ਹੇ ਨੇ ਸਬ ਇੰਸਪੈਕਟਰ ਜਗਤਾਰ ਸਿੰਘ। ਉਹਨਾਂ ਕੋਲ ਜਾਣਕਾਰੀ ਲੈਂਦੇ ਹਾਂ ਕਿ ਰੋਡ 'ਤੇ ਉਤਰਨ ਵਾਸਤੇ ਸਾਨੂੰ ਕਿਹੜੀਆਂ ਸਾਵਧਾਨੀਆਂ ਔਰ ਸਾਨੂੰ ਕਿਹੜੇ ਰੂਲ ਜਿਹੜੇ ਫੋਲੋ ਕਰਨੇ ਚਾਹੀਦੇ ਆ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਜਿਸ ਤਰ੍ਹਾਂ ਕਿ ਰੋਡ 'ਤੇ ਜਿਹੜੇ ਕਿ ਮੁਸਾਫਿਰ ਜਿਹੜੇ ਸਫ਼ਰ ਕਰਦੇ ਨੇ, ਉਹਨਾਂ ਨੂੰ ਕਿਹੜੇ ਸਾਵਧਾਨੀਆਂ ਔਰ ਕਿਹੜੇ ਰੂਲ ਜਿਹੜੇ ਫੋਲੋ ਕਰਨੇ ਚਾਹੀਦੇ ਨੇ? ਦੇਖੋ, ਜਿਹੜੇ ਜੈਂਟਲਮੈਨ ਨੇ, ਹਿੰਦੂ ਜੈਂਟਲਮੈਨ ਨੇ, ਅਤੇ ਮੇਰੀ ਉਹਨਾਂ ਨੂੰ ਅਪੀਲ ਆ, ਬੇਨਤੀ ਆ ਵੀ ਹੈਲਮਟ ਪਾ ਕੇ, ਇੰਸ਼ੋਰੈਂਸ ਕੋਲ ਹੋਣੀ ਚਾਹੀਦੀ ਆ, ਲਾਇਸੈਂਸ ਕੋਲ ਹੋਣਾ ਚਾਹੀਦਾ, ਅਤੇ ਨਾ ਉਹਨਾਂ ਕੋਲ ਤੰਗ ਪਰੇਸ਼ਾਨ ਕਰੇ ਨਾ ਹੀ ਤੰਗ ਪਰੇਸ਼ਾਨ ਹੋਈਏ ਜੀ। ਅਤੇ ਜੇ ਕੋਈ ਡਾਕੂਮੈਂਟਸ ਨਹੀਂ ਰੱਖੇਗਾ, ਅਸੀਂ ਤਾਂ ਚਲਾਨ ਕਰਾਂਗੇ ਜੀ। ਜੇ ਕੋਈ ਸਿੱਖ ਵੀਰ ਆ ਉਹ ਪਗੜੀ ਧਾਰਨ ਕਰੇ, ਜੇ ਕੋਈ ਕਾਰ 'ਚ ਜਾ ਰਿਹਾ ਉਹ ਸੀਟ ਬੈਲਟ ਲਾਉਣ, ਉਹ ਵੀ ਸੇਫ ਤੇ ਹੀ ਸੇਫ ਜੀ। ਔਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਡਾਕੂਮੈਂਟ ਰੱਖਣੇ ਚਾਹੀਦੇ ਨੇ, ਕਿ ਡਾਕੂਮੈਂਟ ਉਹਨਾਂ ਨੂੰ ਪੇਪਰ ਦੇ ਰੂਪ ਦੇ ਵਿੱਚ ਰੱਖਣੇ ਚਾਹੀਦੇ, ਜੇ ਉਹਨਾਂ ਦੇ ਮੋਬਾਈਲ ਦੇ ਵਿੱਚ ਵੀ ਡਾਕੂਮੈਂਟ ਹੈ ਜਿਸ ਤਰ੍ਹਾਂ PDF ਫਾਈਲਾਂ ਹੁੰਦੀਆਂ, ਉਹ ਵੀ ਚੱਲਣਗੀਆਂ ਕਿ ਜਾਂ ਮਤਲਬ ਸਿਰਫ ਉਹਨਾਂ ਕੋਲ ਜਿਹੜੇ ਪੇਪਰ ਦੇ ਰੂਪ ਦੇ ਵਿੱਚ ਹੀ ਹੋਣੇ ਚਾਹੀਦੇ ਨੇ? ਨਹੀਂ ਜੀ, ਬਿਲਕੁਲ ਚੱਲਦੇ ਆ ਜੀ, PDF ਚੱਲਦੇ ਆ ਜੀ। ਲੇਕਿਨ ਸਾਨੂੰ ਮੁਸ਼ਕਲ ਉਦੋਂ ਆਉਂਦੀ ਵੀ ਜਦੋਂ ਕਿਸੇ ਨੇ ਹੈਲਮਟ ਨਹੀਂ ਪਾਇਆ ਜਾਂ ਕਿਸੇ ਨੇ ਪਗੜੀ ਨਹੀਂ ਬੰਨ੍ਹੀ, ਫਿਰ ਸਾਨੂੰ ਕੋਈ ਨਾ ਕੋਈ ਡਾਕੂਮੈਂਟਸ ਲੈਣਾ ਪੈਂਦਾ ਜੀ, ਕਿਉਂਕਿ ਉਹੀ ਤਾਂ ਹੀ ਚਲਾਨ ਦੇ ਨਾਲ ਲਾ ਕੇ ਤਾਂ ਹੀ ਕਚਹਿਰੀ ਭੇਜਾਂਗੇ ਜੀ, ਉਹ ਸਾਡੇ ਲਈ ਜ਼ਰੂਰੀ ਆ ਜੀ। ਉਹ ਜਿਸ ਤਰ੍ਹਾਂ ਕਿ ਕਾਲੇ ਸ਼ੀਸ਼ਿਆਂ ਨੂੰ ਲੈ ਕੇ ਲੋਕਾਂ ਵੱਲੋਂ ਜਿਸ ਤਰ੍ਹਾਂ ਦੇਖੇ ਜਾਂਦੇ, ਆਮ ਗੱਡੀਆਂ ਦੇ ਵਿੱਚ ਕਾਲੇ ਸ਼ੀਸ਼ੇ ਹੁੰਦੇ ਨੇ, ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਜੇ ਕਾਲੇ ਸ਼ੀਸ਼ੇ ਦੀ ਗੱਡੀ ਹੈ, ਮੈਂ ਉਹਦੀ ਕਾਲੇ ਸ਼ੀਸ਼ੇ ਬਣਵਾਵਾਂਗਾ ਜੀ, ਉਹਦਾ ਮੈਂ ਚਲਾਨ ਵੀ ਕਰੂੰਗਾ ਜੀ, ਕਾਨੂੰਨ ਦੇ ਮੁਤਾਬਕ ਮੈਂ ਜੀ, ਮੇਰੇ ਨਾਕੇ ਤਾਂ ਕੋਈ ਕਾਲੀ ਗੱਡੀ ਨਹੀਂ ਲੰਘ ਸਕਦੀ ਜੀ। ਉਹ ਜਿਸ ਤਰ੍ਹਾਂ ਤੁਹਾਨੂੰ ਦੇਖ ਕੇ ਗੱਡੀਆਂ ਜਿਹੜੀਆਂ ਤੁਸੀਂ ਹੱਥ ਵੀ ਦਿੰਦੇ ਹੋ, ਉਹ ਗੱਡੀਆਂ ਤੁਹਾਡਾ ਬੈਰੀਅਰ ਨੂੰ ਸੁੱਟ ਕੇ ਵੀ ਅੱਗੇ ਨਿਕਲ ਜਾਂਦੇ ਨੇ, ਉਹ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਬੜੀ ਗਲਤ ਗੱਲ ਆ, ਅਸੀਂ ਉਹਨਾਂ ਮਗਰ ਤਾਂ ਨਹੀਂ ਭੱਜਦਾ ਕਿ ਸਾਡੇ ਪੇੜ ਨਾ ਲੱਗ ਜਾਏ। ਜਦੋਂ ਕੋਈ ਨਾਕੇ ਤੋਂ ਗੱਡੀ ਚੱਲਦੀ ਨੇ, ਅਸੀਂ ਅਗਲੇ ਨਾਕੇ ਨੂੰ ਇਨਫੋਰਮ ਕਰ ਦਿੰਦੇ ਹਾਂ ਜੀ, ਜਿਵੇਂ ਹੁਣ ਗੱਡੀ ਗਈ ਸੀ, ਅਸੀਂ SP ਸਾਹਿਬ ਮੈਡਮ ਨੂੰ ਇਨਫੋਰਮ ਕਰਤਾ ਵਾ ਜੀ, ਤਾਂ ਅੱਗੇ ਜਾ ਕੇ ਫੜੀ ਜਾਏ ਗੱਡੀ ਜੀ। ਉਹ ਜਿਸ ਤਰ੍ਹਾਂ ਕਈ ਦੇਖਿਆ ਜਿਹੜੇ ਤੁਹਾਡੇ ਨਾਲ ਬੜੀ ਬਦਤਮੀਜ਼ੀ ਦੇ ਨਾਲ ਬੋਲਦੇ ਵੀ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਚਲੋ ਜੀ, ਮੈਂ ਤਾਂ ਇਹਨਾਂ ਨੂੰ ਕਹੂੰ ਵੀ ਜੇ ਆਪਣੇ ਕਾਗਜ਼ਾਂ ਡਾਕੂਮੈਂਟਸ ਪੂਰੇ ਰੱਖਣ, ਇਹੋ ਜਿਹੀ ਜ਼ਰੂਰਤ ਨਾ ਪਵੇ ਉਹਨਾਂ ਨੂੰ ਜੀ। ਮੈਂ ਤਾਂ ਆਪਣੀ ਡਿਊਟੀ ਦੇਖ ਲੋਤਾ, ਮੈਂ ਤਾਂ ਹਰ ਚੀਜ਼ ਚੈੱਕ ਕਰੂੰਗਾ ਜੀ, ਜੇ ਕੋਈ ਡਾਕੂਮੈਂਟਸ ਨਹੀਂ ਹੋਗੇ ਉਹਦੇ ਮੁਤਾਬਕ, ਜੇ ਕੋਈ ਟੋਟਲ ਡਾਕੂਮੈਂਟਸ ਨਹੀਂ ਉਹਨਾਂ ਨੂੰ ਗੱਡੀ ਬੰਦ ਕਰੂੰਗਾ ਜੀ, ਜੇ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ ਉਹ ਤਾਂ ਮੈਂ ਚਲਾਨ ਕਰੂੰਗਾ ਜੀ। ਉਹ ਜਿਹੜੇ ਕੀ ਕਹਿੰਦੇ ਨੇ ਆਪਾਂ ਕੋਈ ਸਰਕਾਰੀ, ਕੋਈ ਸਾਡਾ ਕੋਈ ਮੁਲਾਜ਼ਮ ਵਾਕਬ ਹੈ ਜਾਂ ਕੋਈ MLA ਹੈ ਜਾਂ ਕੋਈ MP ਹੈ, ਉਹਨਾਂ ਦੇ ਫੋਨ ਵੀ ਕਰਵਾਏ ਜਾਂਦੇ ਨੇ? ਦੇਖੋ ਜੀ, ਮੈਂ ਤੁਸੀਂ ਇੱਥੇ ਮੇਰਾ ਲਾਈਵ ਚਲਾ ਦਿਓ ਜਿਸ ਤਰ੍ਹਾਂ ਚਲਾਉਣਾ ਜੀ, ਅਤੇ ਜੇ ਮੈਂ ਕਿਸੇ ਦਾ ਫੋਨ ਸੁਣੂੰਗਾ ਜੀ ਅਤੇ ਕੋਈ ਮੁਲਾਜ਼ਮ ਛੱਡੂੰਗਾ ਤਾਂ ਇਹਦਾ ਜ਼ਿੰਮੇਵਾਰ ਮੈਂ ਹਾਂ ਜੀ। ਉਹ ਸਰਕਾਰ ਨੂੰ ਕਿਸ ਤਰ੍ਹਾਂ ਦਾ ਤੁਸੀਂ ਜਿਸ ਤਰ੍ਹਾਂ ਜਨਤਾ ਨੂੰ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਤਾਂ ਇਹੀ ਬੇਨਤੀ ਕਰਾਂਗਾ, ਡਾਕੂਮੈਂਟਸ ਪੂਰੇ ਰੱਖੋ, ਤੁਸੀਂ ਜਿਹੜੇ ਰੋਲ ਆ ਉਹਨਾਂ ਤੁਸੀਂ ਮੰਨ ਕੇ ਚੱਲੋ, ਨਾ ਤੁਸੀਂ ਪਰੇਸ਼ਾਨ ਨਾ ਹੀ ਪਰੇਸ਼ਾਨ ਜੀ, ਇਹ ਨਹੀਂ ਗੱਲ ਹੈ ਜੀ। ਅਸੀਂ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ, ਉਹਨਾਂ ਨੇ ਕਿਹਾ ਕਿ ਸਾਰਿਆਂ ਵਾਸਤੇ ਇੱਕ ਹੀ ਰੂਲ ਹੈ, ਤੁਸੀਂ ਆਪਣੇ ਜਿਹੜੇ ਕਿ ਰੂਲ ਔਰ ਰੈਗੂਲੇਸ਼ਨ ਜਿਹੜੇ ਫੋਲੋ ਕਰੋ ਔਰ ਡਾਕੂਮੈਂਟ ਆਪਣੇ ਪੂਰੇ ਰੱਖੋ। ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਵ ਕੁਮਾਰ, ਅੰਮ੍ਰਿਤਸਰ।